ਅੱਜ ਤਾਂ ਅਸੀਂ ਤੁਹਾਨੂੰ ਖੇਚਲ ਦਿੱਤੀ ਆ ਕਿ ਪਿਛਲੇ 2 ਦਿਨ ਤੋਂ ਲਗਾਤਾਰ ਜੋ ਸ਼੍ਰੀ ਐਨ ਕੇ ਸ਼ਰਮਾ ਜੀ ਲਗਾਤਾਰ ਜੋ ਆਪਣੀ ਹਾਰ ਦਾ ਠੀਕਰਾ ਸਾਡੀ ਲੀਡਰਸ਼ਿਪ ਤੇ ਖਾਸ ਕਰਕੇ ਸਾਡੇ ਸਰਕਲਾਂ ਦੇ ਜੋ ਪ੍ਰਧਾਨ ਆ ਉਹਨਾਂ ਤੇ ਤੋੜ ਰਹੇ ਆ, ਮੈਂ ਕਹਿਣਾ ਚਾਹੁੰਦਾ ਕਿ ਉਹ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਰਹੇ ਤੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ, ਕਿਉਂਕਿ ਹਾਰ ਕਿਹਨਾਂ ਕਾਰਨਾਂ ਕਰਕੇ ਹੋਈ ਆ ਆਪਾਂ ਸਮਝ ਸਕਦੇ ਹਾਂ ਕਿ ਉਹ ਆਪਣੇ ਪਿੰਡ ਦੇ ਵਿੱਚੋਂ ਬੜੀ ਬੁਰੀ ਤਰ੍ਹਾਂ ਹਾਰੇ ਆ ਅਤੇ ਸਭ ਤੋਂ ਵੱਧ ਵੋਟਾਂ ਜੋ ਬੀਜੇਪੀ ਸਰਕਾਰ ਨੇ ਮਹਾਰਾਣੀ ਨੇ ਲਈਆਂ ਉਹ ਸਭ ਤੋਂ ਵੱਧ ਵੋਟਾਂ ਡੇਰਾਬੱਸੀ 'ਚ ਉਹਨਾਂ ਦੇ ਆਪਣੇ ਹਲਕੇ 'ਚੋਂ ਲਈਆਂ, ਅਤੇ ਫਿਰ ਠੀਕਰਾ ਦੂਸਰਿਆਂ ਦੇ ਭਾਂਦੇ ਫਿਰਦੇ ਆ। ਦੂਸਰੀ ਗੱਲ, ਉਹਨਾਂ ਦੇ ਰਿਸ਼ਤੇਦਾਰ ਜਿਹੜੇ ਖਾਸ ਕਰਕੇ ਸਨੌਰ ਹਲਕੇ ਵਿੱਚ ਜਿਹਦਾ ਉਹ ਨਾਂ ਲੈ ਰਹੇ ਨੇ, ਘਨੌਰ ਹਲਕੇ ਦੇ ਵਿੱਚ, ਰਾਜਪੁਰੇ ਦੇ ਵਿੱਚ, ਡੇਰਾਬੱਸੀ ਦੇ ਵਿੱਚ, ਅਤੇ ਉਹ ਰਿਸ਼ਤੇਦਾਰ ਜਿਹੜੇ ਬੀਜੇਪੀ ਦੇ ਅਹੁਦੇਦਾਰ ਨੇ, ਖਾਸ ਕਰਕੇ ਹਰਿਆਣੇ ਤੋਂ ਆਏ ਮੰਡਲ ਪ੍ਰਧਾਨ ਤੱਕ ਦੇ ਸੁਸ਼ਮਨ ਸ਼ਰਮਾ ਜੀ ਜਾਂ ਬਾਕੀ ਉਹਨਾਂ ਦੇ ਰਿਸ਼ਤੇਦਾਰ, ਉਹ ਸਾਡੇ ਹਲਕਿਆਂ ਦੇ ਇੰਚਾਰਜ ਲਾਏ ਹੋਏ ਸੀ। ਅਤੇ ਮੈਂ ਸਮਝਦਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਬਜਾਏ ਬੀਜੇਪੀ ਨੂੰ ਵੋਟਾਂ ਪਾਈਆਂ, ਅਤੇ ਇੱਥੋਂ ਸ਼ਰਮਾ ਜੀ ਦੀ ਜਿਹੜੀ ਬੀਜੇਪੀ ਦੇ ਨਾਲ ਸਾਂਝ ਆ ਉਹ ਵੀ ਜੱਗ ਜਾਹਰ ਹੁੰਦੀ ਹੈ। ਸਾਨੂੰ ਬਾਅਦ ਦੇ ਵਿੱਚ ਸਮਝ ਆਇਆ ਕਿ ਬੀਜੇਪੀ ਵਾਲੇ ਜਿਹੜੇ ਅਹੁਦੇਦਾਰ ਆ ਇਹ ਸਾਡੇ ਹਲਕਿਆਂ ਦੇ ਵਿੱਚ ਸਥਾਪਿਤ ਕਿਵੇਂ ਕੀਤੇ ਗਏ। ਅਗਲੀ ਗੱਲ ਮੈਂ ਕਰਾਂ ਕਿ ਡੇਰਾਬੱਸੀ ਜਿਹੜਾ ਹਲਕਾ, ਇਹਨੂੰ ਇੱਥੋਂ ਵਿਧਾਨ ਸਭਾ ਚੋਣ ਲੜਨ ਵਾਸਤੇ ਮੈਂ ਸਮਝਦਾ ਕਿ ਬੀਜੇਪੀ ਨਾਲ ਅੱਜ ਤੋਂ ਹੀ ਸਾਂਢ ਗਾਂਢ ਜਿਹੜੀ ਸ਼ਰਮਾ ਜੀ ਨੇ ਕੀਤੀ ਆ ਉਹ ਜੱਗ ਜਾਹਰ ਹੋ ਗਈ ਆ। ਇਸ ਗੱਲ ਨੂੰ ਲੁਕਾਉਣ ਵਾਸਤੇ ਅੱਜ ਉਹ ਸਾਡੀ ਸੀਨੀਅਰ ਲੀਡਰਸ਼ਿਪ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਸਾਹਿਬ, ਜਿਨ੍ਹਾਂ ਦਾ ਪਾਰਟੀ ਪ੍ਰਤੀ ਜਾਂ ਉਹਨਾਂ ਦਾ ਜਿਹੜਾ ਕਿਰਦਾਰ ਆ ਅੱਜ ਉਹਦੇ 'ਤੇ ਉਂਗਲਾਂ ਠਾ ਰਹੇ ਸਰਦਾਰ ਸੁਰਜੀਤ ਸਿੰਘ ਰੱਖੜਾ ਹੋਰਾਂ 'ਤੇ, ਮੈਂ ਪੁੱਛਣਾ ਚਾਹੁੰਦਾ ਸ਼ਰਮਾ ਜੀ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਤੁਹਾਡੀ ਕ੍ਰੈਡੀਬਿਲਟੀ ਕੀ ਆ ਮੁਕਾਬਲੇ ਸਰਦਾਰ ਸੁਰਜੀਤ ਸਿੰਘ ਰੱਖੜਾ ਦੇ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਦੇ? ਕਿਉਂਕਿ ਆਪਾਂ ਸਮਝਦੇ ਹਾਂ ਬੜਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਥਾਪਿਤ ਕਰਨ ਵਾਸਤੇ, ਯੂਥ ਵਿੰਗ ਸਥਾਪਿਤ ਕਰਨ ਵਾਸਤੇ ਸਭ ਤੋਂ ਪਹਿਲੇ ਮੋਹਰੀ ਹੋ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਆਏ, ਇੰਨੀ ਮਿਹਨਤ ਕਰਕੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜਿਆ। ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਐਮਰਜੈਂਸੀ ਲੱਗੇ 21 ਮਹੀਨੇ ਜੇਲ੍ਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਜੀ ਨੇ ਕੱਟੀ, ਅਤੇ ਫਿਰ ਉਸ ਤੋਂ ਬਾਅਦ ਧਰਮਯੁੱਧ ਮੋਰਚਾ ਉਹਦੇ ਵਿੱਚ ਲਗਭਗ 2 ਸਾਲ ਦਾ ਸਮਾਂ ਜਿਹੜਾ ਉਹ ਜੇਲ੍ਹ ਦੇ ਵਿੱਚ ਰਹੇ, ਅਤੇ ਸਮੇਂ ਸਮੇਂ 'ਤੇ ਜਿੱਥੇ ਵੀ ਸੰਘਰਸ਼ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ, ਉਹਨਾਂ ਨੇ ਆਪਣੇ ਪਿੰਡੇ ਦੇ ਤਸੀਹੇ ਚੱਲੇ। ਤੁਹਾਨੂੰ ਪਤਾ ਖਾੜਕੂਵਾਦ ਦੇ ਦੌਰਾਨ ਜੋ ਰਬੈਰੋ ਇੱਕ ਹੰਕਾਰੀ ਇੱਥੇ ਦਾ ਆਪਣਾ ਡਾਇਰੈਕਟਰ ਸੀ ਪੰਜਾਬ ਪੁਲਿਸ ਦਾ, ਉਹਦੇ ਨਾਲ ਕਿਵੇਂ ਨਿਭੇ ਉਹ ਸਾਰਿਆਂ ਦੇ ਸਾਹਮਣੇ ਆ, ਅਤੇ ਉਹਨਾਂ ਨੇ ਆਪਣੇ ਪਿੰਡੇ ਦੇ ਤਸ਼ੱਦਦ ਝੱਲੇ। ਕਿਤੇ ਸ਼ਰਮਾ ਜੀ ਆਪਣੀ ਵੀ ਤਾਂ ਕ੍ਰੈਡੀਬਿਲਟੀ ਦੱਸਣ। ਅਤੇ ਸਾਡੇ ਜਿੰਨੇ ਸਰਕਲ ਪ੍ਰਧਾਨ ਬੈਠੇ ਆ ਸਮੇਤ ਮੇਰੇ, ਸਾਰੀ ਚੋਣ ਦੇ ਵਿੱਚ ਲਗਾਤਾਰ ਅਸੀਂ ਇੱਥੇ ਰਹੇ ਹਾਂ। ਚੰਦੂਮਾਰਾ ਸਾਹਿਬ ਆਪਣੇ ਹਲਕੇ ਦੇ ਵਿੱਚ ਚੋਣ ਲੜ ਰਹੇ ਸੀ, ਅਤੇ ਆਪਣੀ ਚੋਣ ਦੇ ਵਿੱਚੋਂ ਲੜਦੇ ਹੋਏ ਵੀ ਉਹ ਸਮਾਂ ਕੱਢ ਗਏ, ਸਨੌਰ ਹਲਕੇ ਦੇ, ਘਨੌਰ ਹਲਕੇ ਦੇ ਸਾਰੇ ਆਗੂਆਂ ਨੂੰ ਸੱਦ ਕੇ ਰਾਤ ਦੇ ਲਗਭਗ 11 ਵਜੇ, ਉਸ ਇਕੱਠ ਦੇ ਵਿੱਚ ਸ਼ਰਮਾ ਜੀ ਦੇ ਰਿਸ਼ਤੇਦਾਰ ਵੀ ਸ਼ਾਮਿਲ ਸੀ,
ਤੇ ਉੱਥੇ ਵੋਟ ਪਾਉਣ ਦੀ ਅਪੀਲ ਵੀ ਕੀਤੀ, ਸਾਰਿਆਂ ਦੀਆਂ ਡਿਊਟੀਆਂ ਲਾਈਆਂ ਵੀ ਤਕੜੇ ਹੋ ਕੇ ਸ਼ਰਮਾ ਜੀ ਨੂੰ ਆਪਾਂ ਜਿਤਾਉਣਾ। ਅਤੇ ਉਸ ਵੇਲੇ ਉਹ ਸਾਰੇ ਰਿਸ਼ਤੇਦਾਰਾਂ ਨੇ ਵੀ ਔਰ ਖੁਦ ਸ਼ਰਮਾ ਜੀ ਨੇ ਵੀ ਚੰਨੂ ਮਹਾਰਾਜ ਸਾਹਿਬ ਦਾ ਧੰਨਵਾਦ ਕੀਤਾ ਅਤੇ ਅੱਜ ਆਪਣੀ ਹਾਰ ਦਾ ਠੀਕਰਾ ਭੰਨ ਰਹੇ ਸਾਡੇ। ਔਰ ਸਾਨੂੰ ਬੜਾ ਵੱਡਾ ਅਫਸੋਸ ਆ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ 48 ਦਾ ਟੈਂਪਰੇਚਰ ਸੀ, ਸਾਡੇ ਸਰਕਲ ਪ੍ਰਧਾਨ, ਸਾਡਾ ਸਾਰਾ ਕੇਡਰ, ਸਾਡੇ ਸਾਰੇ ਆਗੂ ਨਿਰੰਤਰ ਆਪਣੀਆਂ ਡਿਊਟੀਆਂ ਦੇ ਸਾਰੇ ਜ਼ਿਲ੍ਹੇ ਦੇ ਵਿੱਚ ਭੁਗਤੇ ਆ। ਪਾਰਟੀ ਦੀ ਹਾਰ ਹੋਣੀ ਉਹਦੀ ਸਮੀਖਿਆ ਕਰਨੀ ਇੱਕ ਵੱਖਰੀ ਗੱਲ ਆ, ਇੱਕ ਦੋਸ਼ ਲਾਉਣੇ ਇਹਦਾ ਅਸੀਂ ਬਹੁਤ ਬੁਰੀ ਤਰ੍ਹਾਂ ਖੰਡਨ ਕਰਦੇ ਹਾਂ। ਸਾਨੂੰ ਬੜਾ ਗੁੱਸਾ ਸਾਡੇ ਮਨਾਂ ਦੇ ਵਿੱਚ, ਖਾਸ ਕਰਕੇ ਸਾਰੀ ਪਟਿਆਲੇ ਦੀ ਲੀਡਰਸ਼ਿਪ। ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੇਨਤੀ ਕਰਦਾ ਸ਼ਰਮਾ ਜੀ ਨੂੰ ਕਿ ਇਹ ਜਿਹੜੇ ਤੁਸੀਂ ਸ਼ਬਦ ਔਰ ਸ਼ਬਦਾਵਲੀ ਸਾਡੇ ਵਰਕਰ ਸਾਹਿਬਾਨ ਅਤੇ ਸਾਡੇ ਲੀਡਰਸ਼ਿਪ ਲਈ ਵਰਤੀ ਆ, ਇਹਦੇ ਵਾਸਤੇ ਤੁਹਾਨੂੰ ਮਾਫ਼ੀ ਮੰਗਣੀ ਚਾਹੀਦੀ ਆ। ਅਦਰਵਾਈਜ਼ ਸਾਡੇ ਮਨਾਂ ਦੇ ਵਿੱਚ ਗੁੱਸਾ ਜ਼ਰੂਰ ਰਹੇਗਾ। ਸੋ ਮੈਂ ਬੇਨਤੀ ਕਰਦਾ ਕਿ ਤੁਸੀਂ ਸ਼੍ਰੋਮਣੀ ਅਕਾਲੀ, ਔਰ ਇਹ ਵੀ ਮੈਂ ਬੇਨਤੀ ਕਰਦਾ ਕਿ ਸ਼ਰਮਾ ਜੀ ਇਹ ਵੀ ਤਾਂ ਦੱਸਣ ਉਹ ਸਿਰਫ ਅਤੇ ਸਿਰਫ ਚੰਨੂ ਮਹਾਰਾਜ ਸਾਹਿਬ ਜਾਂ ਰੱਖੜਾ ਸਾਹਿਬ 'ਤੇ। ਆ ਮੈਂ ਰੱਖੜਾ ਸਾਹਿਬ ਦੇ ਦੱਸਾਂ ਇਹ ਕੀ ਮੁਕਾਬਲਾ ਕਰਨਗੇ ਲੋਕ। ਅੱਜ ਟਿਕਟਾਂ ਲੈ ਕੇ ਆ ਗਏ ਸਰਦਾਰ ਸੁਰਜੀਤ ਸਿੰਘ ਰੱਖੜਾ ਲਗਾਤਾਰ ਪੰਥਕ ਸਭਾਵਾਂ ਜਿੱਥੇ ਨਿਭਾਉਂਦੇ ਆ, ਸ਼੍ਰੋਮਣੀ ਅਕਾਲੀ ਦਲ ਦੀਆਂ ਸਭਾਵਾਂ ਨਿਭਾ ਰਹੇ ਆ, ਕਿਸਾਨੀ ਸੰਘਰਸ਼ ਚੱਲਿਆ, ਲਗਾਤਾਰ ਉੱਥੇ ਲੰਗਰਾਂ ਦੀਆਂ ਸਭਾਵਾਂ ਨਿਭਾਈਆਂ, ਵੱਡੀਆਂ ਸਰਕਾਰਾਂ ਦੇ ਨਾਲ ਸੈਂਟਰ ਸਰਕਾਰਾਂ ਨਾਲ ਇੱਟ ਖੜਕੇ ਲਏ, ਲੜਾਈਆਂ ਲੜਨੀਆਂ ਘੋਲ ਕਰਨੇ ਕੋਈ ਸੌਖਾ ਕੰਮ ਨਹੀਂ। ਸ਼ਰਮਾ ਜੀ ਇੱਕ ਵੀ ਤਾਂ ਪੁਆਇੰਟ ਦੱਸਣ, ਉਹਨਾਂ ਨੇ ਅੱਜ ਤੱਕ ਅਕਾਲੀ ਦਲ ਲਈ ਕੀਤਾ ਕੀ ਆ, ਕ੍ਰੈਡੀਬਿਲਟੀ ਕੀ ਆ ਉਹਨਾਂ ਦੀ ਅਕਾਲੀ ਦਲ ਦੇ ਵਿੱਚ? ਇਹੀ ਕ੍ਰੈਡੀਬਿਲਟੀ ਹੈ ਨਾ ਕਿ ਸਰਕਾਰ ਦੇ ਵਿੱਚ ਪ੍ਰੋਪਰਟੀ ਡੀਲਰ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਖੋਲ੍ਹ ਕੇ ਚੋਖੇ ਮੁਨਾਫੇ ਖੱਟ ਕੇ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ 'ਤੇ ਕਾਬਜ਼ ਹੋਣ ਨੂੰ ਫਿਰਦੇ ਆ। ਅਤੇ ਮੈਂ ਬੇਨਤੀ ਕਰਦਾ ਸਾਡੇ ਮਾਣਯੋਗ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਕਿ ਉਹ ਇਹੋ ਜਿਹੇ ਚੁਗਲਖੋਰਾਂ ਕੋਲੋਂ ਬਚ ਕੇ ਰਹਿਣ, ਇਹੋ ਜਿਹੇ ਜਿਨ੍ਹਾਂ ਨੇ ਪਾਰਟੀ ਵਾਸਤੇ ਕੀਤਾ ਹੀ ਕੁਛ ਨਹੀਂ, ਉਹ ਉਹਨਾਂ ਦੀਆਂ ਸਲਾਹ ਮੰਨ ਕੇ ਤੁਸੀਂ ਪਾਰਟੀ ਨੂੰ ਇਸ ਨਿਗਾਰ 'ਤੇ ਲੈ ਆਏ ਹੋ, ਆਓ ਤਗੜੇ ਹੋ ਕੇ ਪਾਰਟੀ ਨੂੰ ਕਾਮਯਾਬ ਕਰੀਏ। ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਸਾਡੀ ਲੀਡਰਸ਼ਿਪ ਨੇ ਫੈਸਲਾ ਕੀਤਾ, ਉੱਥੇ ਪੇਸ਼ ਹੋ ਕੇ ਆਪਣੀਆਂ ਭੁੱਲਾਂ ਨੂੰ ਬਖਸ਼ਾਉਂਦੇ ਹੋਏ ਆਪਾਂ ਉਸ ਪੰਥ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰੀਏ, ਨਾ ਕਿ ਇਹਨਾਂ ਲੋਕਾਂ ਤੋਂ ਆਪਣੀ ਲੀਡਰਸ਼ਿਪ ਖਿਲਾਫ਼ ਇਹੋ ਜਿਹੀਆਂ ਗੱਲਾਂ ਕਰਵਾ ਕੇ ਪਾਰਟੀ ਦੇ ਵਿੱਚ ਹੋਰ ਦਫੇੜਾ ਖੜਾ ਕਰ ਰਿਹਾ। ਅਸੀਂ ਚਾਹੁੰਦੇ ਹਾਂ ਕਿ ਪਾਰਟੀ ਦੇ ਵਿੱਚ ਇੱਕ ਸੁਰਤਾ ਰਹਿਣੀ ਚਾਹੀਦੀ ਹੈ, ਸਾਡੇ ਲੀਡਰਸ਼ਿਪ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਬੰਨੇ ਤੁਰੀ ਹੋਈ ਹੈ। ਇਹ ਲੋਕ ਪਾਰਟੀ ਦੇ ਵਿੱਚ ਵੰਡ ਪਾ ਰਹੇ ਹਨ, ਵੰਡ ਪਾਉਣ ਵਾਲੀਆਂ ਕੋਝਾਂ ਛਾਸ਼ਾਂ ਅਸੀਂ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ। ਸੋ ਮੇਰੀ ਬੇਨਤੀ ਆ ਮਾਣਯੋਗ ਪ੍ਰਧਾਨ ਸਾਹਿਬ ਨੂੰ ਵੀ, ਸਮੁੱਚੀ ਲੀਡਰਸ਼ਿਪ ਨੂੰ ਵੀ, ਕਿ ਅਜਿਹੇ ਲੋਕ ਜੋ ਪਾਰਟੀ ਦੇ ਵਿੱਚ ਦਫੇੜ ਪਾ ਕੇ ਆਪਣਾ ਮਕਸਦ ਹੱਲ ਕਰਨਾ ਚਾਹੁੰਦੇ ਆ, ਆਪਣੀ ਪ੍ਰੋਪਰਟੀਆਂ ਦੇ ਕਿੱਤੇ ਚਲਾਉਣਾ ਚਾਹੁੰਦੇ, ਆਪਣੇ ਕਾਰੋਬਾਰ ਸਥਾਪਿਤ ਕਰਨਾ ਚਾਹੁੰਦੇ ਆ, ਉਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਆ। ਸਾਡਾ ਅੱਜ ਦਾ ਮੇਨ ਮਕਸਦ ਇਹ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੇਨਤੀ ਕਰਦਾ, ਸ਼ਰਮਾ ਜੀ ਤਾਂ ਅਕਾਲ ਤਖ਼ਤ 'ਤੇ ਜਾਣੋ ਪਤਾ ਨਹੀਂ ਕਿਉਂ ਡਰਦੇ ਆ, ਉਹ ਪ੍ਰਧਾਨ ਸਾਹਿਬ ਨੂੰ ਨਾਲ ਲੈ ਕੇ ਆਉਣ ਤਾਂ ਸਹੀ ਹੱਦੀ 'ਚ ਚਾਹੁੰਦੇ ਆ ਵੀ ਅਕਾਲ ਤਖ਼ਤ ਸਾਹਿਬ 'ਤੇ ਆਓ, ਸਾਡੀ ਤਾਂ ਮੰਗ ਆ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਆਓ। ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜ਼ਿਲ੍ਹੇ ਪਟਿਆਲੇ ਦੇ ਵਿੱਚ
ਮੈਂ ਬਤੌਰੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਵੱਧ ਤੋਂ ਵੱਧ ਟਾਈਮ ਸਨੌਰ ਦੇ ਵਿੱਚ ਲਾਇਆ, ਬਾਕੀ ਹਲਕਿਆਂ 'ਚ ਮੇਰੇ ਕੋਲ ਘੱਟ ਜਾਇਆ ਗਿਆ। ਉਹਦਾ ਕਾਰਨ, ਕਿਉਂਕਿ ਚੰਦੂ ਮਹਾਰਾਜ ਸਾਹਿਬ ਸਾਡਾ ਹਲਕਾ ਇੰਚਾਰਜ ਚੋਣ ਉੱਥੋਂ ਲੜ ਰਹੇ ਸੀ, ਚੰਦੂ ਮਹਾਰਾਜ ਸਾਹਿਬ ਆਪਣੇ ਪਿਓ ਦੀ ਚੋਣ ਦੇ ਵਿੱਚ ਕਿਉਂ ਨਹੀਂ ਪੁੱਤ ਕੰਮ ਕਰੇਗਾ। ਪਰ ਫਿਰ ਵੀ ਸਮੇਂ-ਸਮੇਂ 'ਤੇ ਜੋ ਡਾਇਰੈਕਸ਼ਨ ਆ ਸਾਡੇ ਸਰਕਲ ਪ੍ਰਧਾਨਾਂ ਨੂੰ, ਖਾਸ ਕਰਕੇ ਮੇਰੇ ਨਾਲ ਵੀ ਗੱਲਬਾਤ ਹੁੰਦੀ ਰਹੀ, ਇਹਨਾਂ ਸ਼ਰਮਾ ਜੀ ਨਾਲ ਵੀ ਉਹਨਾਂ ਦੀ ਗੱਲਬਾਤ, ਮੈਂ ਗੱਡੀ ਦੇ ਵਿੱਚ ਬੈਠਾ ਹੁੰਦਾ ਜਦੋਂ ਗੱਲਬਾਤ ਹੁੰਦੀ ਸੀ, ਜਿੱਥੇ ਕੋਈ ਭੀੜ ਆ, ਜਿੱਥੇ ਕੋਈ ਕਮੀ ਪੇਸ਼ੀ ਸੀ, ਕੋਈ ਵਰਕਰ ਹਿੱਲ ਜੁੱਲ ਨਜ਼ਰ ਆ ਰਹੀ ਸੀ, ਕਿਉਂਕਿ ਦੂਜੇ ਬੰਨੇ ਸਰਕਾਰ ਸੀ, ਕਈ ਵਾਰੀ ਦਰਬਾਰ ਵੀ ਪੈਂਦੇ ਸੀ, ਸਾਡੇ ਸਰਕਲ ਪ੍ਰਧਾਨ ਰਾਤ ਨੂੰ 2-2 ਵਜੇ ਤੱਕ ਸ਼ਰਮਾ ਜੀ ਦੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਲੋਕਾਂ ਨੂੰ ਲਿਆ ਕੇ ਪਾਰਟੀ ਦੀ ਬਿਹਤਰੀ ਵਾਸਤੇ, ਪਾਰਟੀ ਦੀਆਂ ਸਫਾਂ ਵਿੱਚ ਆਉਣ ਵਾਸਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਰਹੇ। ਔਰ ਉਹਨਾਂ ਨੇ ਤਕੜੇ ਹੋ ਕੇ ਸਾਰਿਆਂ ਨੇ ਬੂਥ ਲਾਏ, ਵੋਟਾਂ ਪਵਾਈਆਂ। ਪਰ ਪਾਰਟੀ ਦਾ ਜੋ ਹਸ਼ਰ ਆ ਉਹ ਤਾਂ ਸਾਰੇ ਪੰਜਾਬ ਦੇ ਵਿੱਚ ਆ। ਮੈਂ ਤਾਂ ਇਹ ਕਹਿੰਦਾ ਵੀ ਸ਼ਰਮਾ ਜੀ ਆਪਣੇ ਹਲਕੇ ਦਾ ਹੀ ਦੱਸ ਦੇਣ, ਸਭ ਤੋਂ ਵੱਧ ਵੋਟਾਂ ਜੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਪਈਆਂ ਤਾਂ ਉਹ ਡੇਰਾਬਸੀ ਤੋਂ ਪਈਆਂ, 65,000 ਵੋਟ ਲਗਭਗ ਬੀਜੇਪੀ ਨੂੰ ਉੱਥੋਂ ਪਈ ਆ। ਅਤੇ ਸ਼ਰਮਾ ਜੀ ਕਿਹੜੇ ਮਿਲਣ ਦੀਆਂ ਗੱਲਾਂ ਕਰਦੇ, ਮੈਨੂੰ ਤਾਂ ਇਹ ਸਮਝਦਾ ਵੀ ਬਿੱਲੀ ਥੱਲਿਓਂ ਹੀ ਬਾਹਰ ਆ ਗਈ ਆ, ਇਹਨਾਂ ਦਾ ਜਿਹੜਾ ਗੱਠਜੋੜ ਸੀ ਬੀਜੇਪੀ ਨਾਲ ਹੁਣ ਸਾਹਮਣੇ ਆ ਗਿਆ, ਹੁਣ ਉਹਨੂੰ ਲੁਕਾਉਣ ਵਾਸਤੇ ਉਹ ਜਿਹੀਆਂ ਗੱਲਾਂ ਕਰਦੇ ਫਿਰਦੇ ਆ। ਨਹੀਂ, ਮੈਂ ਤਾਂ ਇਹ ਸਮਝਦਾ ਕਿ ਜਦੋਂ ਰਿਸ਼ਤੇਦਾਰੀ ਸਾਡੇ ਇੱਥੇ ਲਾਏ ਹੋਏ ਆ, ਔਰ ਉਹ ਸਾਰੇ ਬੀਜੇਪੀ ਦੇ ਅਹੁਦੇਦਾਰ ਸੀ, ਅਸੀਂ ਤਾਂ ਉਹਨਾਂ ਨੂੰ ਜਾਣਦੇ ਨਹੀਂ, ਬਾਅਦ 'ਚ ਪਤਾ ਲੱਗਾ ਉਹਨਾਂ ਦਾ, ਅਤੇ ਫਿਰ ਡੇਰਾਬਸੀ ਤੋਂ ਸਭ ਤੋਂ ਵੱਧ ਵੋਟਾਂ ਬੀਜੇਪੀ ਦੀਆਂ ਨਿਕਲਣੀਆਂ, ਇਹਦਾ ਜਗਜਾਰ ਹੋ ਰਿਹਾ। ਜਿੰਨੇ ਪਿੰਡ ਸੀ ਰਿਸ਼ਤੇਦਾਰਾਂ ਦੇ, ਉੱਥੋਂ ਸਾਰਿਆਂ 'ਚੋਂ ਬੀਜੇਪੀ ਜਿੱਤੀ ਹੈ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸਨੌਰ 'ਤੇ ਉਹਨਾਂ ਨੇ ਕਿੰਤੂ ਪ੍ਰੰਤੂ ਕੀਤਾ, ਜ਼ਿਲ੍ਹੇ ਪਟਿਆਲੇ ਦੇ ਵਿੱਚੋਂ ਜਿਹੜੇ ਇਹਨਾਂ ਨੇ ਹੁਣ ਹਲਕਾ ਇੰਚਾਰਜ ਕੱਲ੍ਹ ਬਿਠਾਏ ਸੀ, ਉਹਨਾਂ ਨੂੰ ਪੁੱਛੋ ਤਾਂ ਸਹੀ, ਸਾਡੇ ਸਨੌਰ ਦੇ ਵਿੱਚੋਂ ਸਭ ਤੋਂ ਵੱਧ ਵੋਟ ਜੇ ਨਿਕਲੀ ਆ ਸਨੌਰ ਹਲਕੇ ਦੀ ਨਿਕਲੇ ਆ, ਫਿਰ ਇਹ ਕਿਵੇਂ ਕਹਿ ਸਕਦੇ ਆ ਵੀ ਉੱਥੇ ਸਾਡੀ ਮਦਦ ਨਹੀਂ ਕੀਤੀ। ਸਾਡੇ ਵੱਲੋਂ, ਸਾਡੀ ਲੀਡਰਸ਼ਿਪ ਵੱਲੋਂ ਬੜੇ ਦਰਵਾਜ਼ੇ ਖੁੱਲ੍ਹੇ ਆ, ਬੜੇ ਕਲੀਅਰ ਕੱਟ ਸਾਡਾ ਫੈਸਲਾ ਕਿ ਅਸੀਂ 2 ਮੰਗਾਂ ਜਿਹੜੀਆਂ ਮੇਨ ਰੱਖੀਆਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਆਪਾਂ ਜਿਹੜੀ ਭੁੱਲ ਆਪਣੀ ਬਖਸ਼ਾਈਏ, ਤਾਂ ਕਿ ਪੰਥ ਜਿਹੜਾ ਸਾਡੇ ਨਾਲ ਨਾਰਾਜ਼ ਹੋਇਆ ਉਹਨੂੰ ਆਪਾਂ ਆਪਣੇ ਨਾਲ ਜੋੜੀਏ, ਪੰਜਾਬ ਦੇ ਲੋਕਾਂ ਕੋਲ ਜਿਹੜੀ ਅਸੀਂ ਖਿਮਾ ਜਾਜਨਾ ਕਰੀਏ ਸ਼੍ਰੀ ਅਕਾਲ ਤਖ਼ਤ 'ਤੇ ਜਾ ਕੇ, ਸਾਡੇ ਕੋਲ ਜਿਹੜੀਆਂ ਭੁੱਲਾਂ ਹੋਈਆਂ ਉਹ ਸਾਨੂੰ ਬਖਸ਼ਣ। ਅਤੇ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਦਾ ਮਾਨਯੋਗ ਸਾਡੇ ਪ੍ਰਧਾਨ ਸਾਹਿਬ ਨੂੰ ਕਿ ਜਿਹੜੇ ਸਾਡਾ ਵਫਾਦਾਰ ਕੇਡਰ ਜਿਹੜਾ ਅੰਦਰ ਖੜਾ ਕੇ ਆਪਾਂ ਬਾਹਾਂ ਖੜੀਆਂ ਕਰਾਈ ਜਾਂਦੇ ਹਾਂ, ਉਹ ਠੀਕ ਆ, ਉਹ ਤਾਂ ਪਹਿਲਾਂ ਹੀ ਸਾਡੇ ਨਾਲ ਆ, ਅਸੀਂ ਵੀ ਨਾਲ ਹੀ ਸੀ, ਹੁਣ ਵੀ ਨਾਲ ਹੈ, ਅੱਜ ਵੀ ਮੈਂ ਜ਼ਿਲ੍ਹਾ ਪ੍ਰਧਾਨ ਹਾਂ, ਮੈਂ ਤਾਂ ਬੇਨਤੀ ਕਰਦਾ ਵਾਰ ਵਾਰ ਕਿ ਆਓ, ਇਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਤਾਂ ਸਾਡੇ ਨਾਲ ਆ, ਪਰ ਜਿਹੜੀ ਪਬਲਿਕ ਆ ਪੰਜਾਬ ਦੀ, ਜਿਹੜਾ ਪੰਥ ਪਿੰਡਾਂ ਦੇ ਵਿੱਚ ਬੈਠਾ, ਉਹਨਾਂ ਦਾ ਵਿਸ਼ਵਾਸ ਕਿਵੇਂ ਆਪਾਂ ਹਾਸਲ ਕਰਨਾ, ਉਹਦੇ ਬਾਰੇ ਤਾਂ ਸੋਚੀਏ, ਉਹਦੇ ਬਾਰੇ ਆਪਾਂ ਕੀ ਕਰ ਰਹੇ ਹਾਂ। ਦੇਖੋ ਇਹ ਕਿੱਡੇ ਮਤਲਬ ਸ਼ੜਿਅੰਤਰ ਰਚੇ ਜਾ ਰਹੇ, ਇਹਦੇ ਇੱਕ ਸ਼ੜਿਅੰਤਰ ਹੈ, ਇੱਕ ਅਕਾਲੀ ਦਲ ਦੇ ਵਿੱਚ ਫੁੱਟ ਪਾਉਣ ਦੀ ਸਾਜਿਸ਼ ਹੈ, ਇੱਕ ਵੀ ਉਹਨਾਂ ਕੋਲੋਂ ਖੜਾ ਕੇ ਇਹੋ ਜਿਹੀਆਂ ਗੱਲਾਂ ਕਰਾ ਕੇ, ਮਾੜੇ ਸ਼ਬਦ ਬੋਲ ਕੇ, ਕਿਸੇ ਦੇ ਐਲੀਗੇਸ਼ਨ ਲਾ ਕੇ, ਜਦੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਸਾਰੀ ਕਹਾਣੀ ਤੁਹਾਡੇ ਸਾਹਮਣੇ ਦੱਸਤੀ ਵੀ ਸਾਨੂੰ ਤੰਦਰ ਵਾੜ ਕੇ, ਸਾਨੂੰ ਡਰਾ ਧਮਕਾ ਕੇ ਸਾਡੇ ਕੋਲ ਆਹ ਘੁਆ ਲਿਆ, ਅਰ ਉਹਨਾਂ ਨੇ ਵਾਪਸ ਕੀਤੀ ਸਾਰੇ ਰੱਖੜਾ ਸਾਹਿਬ ਦੇ, ਉਹ ਜਿਹੜੀ ਰੱਖੜਾ ਸਾਹਿਬ ਦੀ ਆਈ ਸੀ ਵੀਡੀਓ ਆਈ ਸਰਦਾਰ ਅਮਰਜੀਤ ਸਿੰਘ ਜੀ ਸਾਡੇ ਟੋਡਰਪੁਰ ਦੇ, ਉਹ ਤੁਹਾਡੇ ਸਾਹਮਣੇ ਕਲੀਅਰ ਹੋਈ ਆ। ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਹੱਥ ਕੰਡੇ ਬਣਾਉਣ ਦੀ ਬਜਾਏ ਸਾਰਥਕ ਸੋਚ ਨੂੰ ਲੈ ਕੇ ਚੱਲੋ, ਤਾਂ ਜੋ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਚੱਲੀਏ।
ਨਾ ਕਿ ਹੱਥ ਕੰਡੇ ਵਰਤ ਕੇ ਆਪਣੀ ਮਹਿਮਾ ਖੱਟਣ ਵਾਸਤੇ, ਜਾਂ ਉਹ ਲੋਕ ਜਿਨ੍ਹਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੋਈ ਕੁਰਬਾਨੀ ਨਹੀਂ ਕੀਤੀ, ਕੋਈ ਕ੍ਰੈਡੀਬਿਲਟੀ ਨਹੀਂ ਉਹਨਾਂ ਦੀ, ਅੱਜ ਉਹਨਾਂ ਨੂੰ ਸਿਰ ਤੇ ਚੜਾ ਕੇ ਸਾਡੇ ਅਕਾਲੀ ਦਲ ਨੂੰ ਨਾਸ਼ ਕਰਨ ਵਾਸਤੇ ਫਿਰ ਅੱਗੇ ਲੈ ਕੇ ਆਪਾਂ ਆ ਰਹੇ ਹਾਂ। ਸਾਡਾ ਕੋਈ ਵਖਰੇਵਾ ਨਹੀਂ, ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਸਾਡੇ ਨਾਲ, ਅੱਜ ਵੀ ਮੈਂ ਮੀਟਿੰਗ ਕਰਕੇ ਆਇਆ, ਕੱਲ ਪਰਸੋਂ ਵੀ ਮੈਂ ਕੱਲ ਅੰਮ੍ਰਿਤਸਰ ਜਾ ਕੇ ਆਇਆ, ਸਾਰੇ ਸ਼੍ਰੋਮਣੀ ਕਮੇਟੀ ਮੇਰੇ ਮੈਂਬਰ ਨਾਲ, ਪ੍ਰਧਾਨ ਸਾਹਿਬ ਨੂੰ ਵੀ ਮਿਲ ਕੇ ਆਇਆ, ਸਾਡਾ ਕੋਈ ਵਖਰੇਵਾ ਨਹੀਂ। ਤੁਸੀਂ ਸਾਰੇ ਸਮਝਦੇ ਹੋ, ਤੁਸੀਂ ਵੀ ਪਬਲਿਕ 'ਚ ਰਹਿੰਦੇ ਹੋ, ਸਾਰੀ ਪਬਲਿਕ ਆ, ਜਿਹੜੇ ਪਿੰਡ 'ਚ ਅਸੀਂ ਜਾਂਦੇ ਹਾਂ, ਜਿੰਨਾ ਸਾਡਾ ਕੇਡਰ ਆ, ਹਮੇਸ਼ਾ ਸਾਨੂੰ ਇੱਕ ਗੱਲ ਕਹਿੰਦਾ ਵੀ ਸਾਡੀ ਲੀਡਰਸ਼ਿਪ ਦੇ ਨਾਲ ਨਾਰਾਜ਼ਗੀ ਆ ਸਾਡੇ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ। ਤੁਸੀਂ ਲੀਡਰਸ਼ਿਪ ਨੂੰ, ਕਿਉਂਕਿ ਝੁੰਦਾ ਕਮੇਟੀ ਤੁਹਾਨੂੰ ਸਾਰਿਆਂ ਨੂੰ ਪਤਾ ਲਾਗੂ ਕੀਤੀ ਨਹੀਂ ਗਈ ਯਾਰ, ਉਹ ਝੁੰਦਾ ਕਮੇਟੀ ਦੇ ਵਿੱਚ ਕੀ ਰਿਪੋਰਟਾਂ, ਉਹਨੂੰ ਯਗਜਾਰ ਕਰਨ, ਉਹਦੇ ਵਿੱਚੋਂ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਲੀਡਰਸ਼ਿਪ ਨੂੰ ਚੇਂਜ ਕਰਨ ਦੀ ਲੋੜ ਆ। ਇਸ ਮੈਂ ਨਹੀਂ ਸਵਾਲ ਕਰ ਰਿਹਾ, ਨਾ ਮੈਂ ਕਹਿ ਰਿਹਾ ਇਹ ਪਾਰਟੀ ਪੱਧਰ 'ਤੇ ਜੋ ਫੈਸਲਾ ਆ ਜਾਂ ਝੁੰਦਾ ਕਮੇਟੀ ਉਹ ਕਹਿ ਰਹੀ ਹੈ, ਜਾਂ ਸਾਡੀ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਆ ਜਿਹੜੀ ਉਹ ਗੱਲ ਕਹਿ ਰਹੀ ਹੈ। ਇਸ ਕਰਕੇ ਮੈਂ ਚਾਹੁੰਦਾ ਪਾਰਟੀ ਦੀ ਬਿਹਤਰੀ ਵਾਸਤੇ, ਇੱਕ ਤਾਂ ਜਿਹੜੇ ਆਪਾਂ ਵਿਰੋਧੀ ਬਿਆਨ ਦੇ ਰਹੇ ਆ ਇਹਨਾਂ 'ਤੇ ਲਗਾਮ ਲਾਉਣੀ ਚਾਹੀਦੀ ਹੈ, ਐਵੇਂ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ, ਕਿਸੇ ਨੂੰ ਕੁਝ ਮਾੜੀਆਂ ਹਰਕਤਾਂ ਕਰਨ ਵਾਸਤੇ ਇਹੋ ਜਿਹੇ ਸ਼ੜਿਅੰਤਰ ਜਿਹੜੇ ਆ ਤੁਰੰਤ ਬੰਦ ਕਰਨੇ ਚਾਹੀਦੇ ਆ। ਮੇਰੀ ਸ਼ਰਮਾ ਜੀ ਨੂੰ ਬੇਨਤੀ ਵੀ ਆ ਅਤੇ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਡੇ ਲਈ ਨਹੀਂ, ਅਸੀਂ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਮਿਹਨਤ ਕੀਤੀ ਆ, 48 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਵਰਕਰ, ਸਾਡੇ ਸਰਕਲ ਪ੍ਰਧਾਨ, ਤੁਸੀਂ ਆਪ ਮੇਰੇ ਨਾਲ ਵਿਚਰਦੇ ਰਹੇ ਹੋ, ਤੁਹਾਨੂੰ ਤੁਹਾਡੇ ਮੂੰਹ ਤੋਂ ਜਿਹੜੀਆਂ ਗੱਲਾਂ ਨਿਕਲੀਆਂ ਇਹ ਸ਼ੋਭਾ ਨਹੀਂ ਦਿੰਦੀਆਂ, ਇਹਨਾਂ ਨੂੰ ਤੁਰੰਤ ਵਾਪਸ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾਰਪੁਰ ਸਾਹਿਬ, ਤੁਸੀਂ ਕਾਰਨ ਕਿਵੇਂ ਮੰਨਦੇ ਹੋ, ਕਾਰਨ ਕੀ ਸੀਗਾ ਹਾਰਨ ਦਾ ਤੇ ਜ਼ਿੰਮੇਵਾਰ ਕੌਣ ਸਮਝਦੇ ਤੁਸੀਂ, ਕੌਣ? ਦੇਖੋ ਕਾਰਨ ਜਿਹੜਾ ਵਾ ਉਹ ਤਾਂ ਸਾਰਾ ਜੱਗ ਜਾਣਦਾ, ਕਾਰਨ ਤਾਂ ਜਿਹੜਾ ਲੋਕ ਸਾਨੂੰ ਦੱਸਦੇ ਆ ਜਦੋਂ ਅਸੀਂ ਉਹਦੇ 'ਤੇ ਪਹਿਰਾ ਹੀ ਨਹੀਂ ਦਿੰਦੇ। ਅੱਜ ਲੀਡਰਸ਼ਿਪ ਆ ਜਿਹੜੀ ਉਹ ਜ਼ਿੰਮੇਵਾਰ ਇਸ ਗੱਲ ਦੀ, ਉਹ ਲੀਡਰਸ਼ਿਪ ਨੂੰ ਸਮਝਣਾ ਚਾਹੀਦਾ, ਉਹਨਾਂ ਨੂੰ ਪਤਾ ਪ੍ਰਧਾਨ ਸਾਰੇ ਮੰਗ ਕਰਦੇ ਆ ਵੀ ਪ੍ਰਧਾਨ ਨੂੰ ਬਦਲੋ। ਜੇ ਹੁਣ ਆਪਾਂ ਸੁਣਨੇ ਹੀ ਨਹੀਂ ਤੇ ਫਿਰ ਉਹਦਾ ਹੱਲ ਕੀ ਆ? ਫਿਰ ਲੋਕਾਂ ਨੇ ਆਪਦਾ ਸ਼ੀਸ਼ਾ ਸਾਨੂੰ ਦਿਖਾਤਾ, ਇਹ ਕਾਰਨ। ਹਾਂ, ਪਾਰਟੀ ਪ੍ਰਧਾਨ ਲੀਡਰਸ਼ਿਪ ਤੇ ਦੋਸ਼ ਆ ਜੋ ਪਿੱਛੇ ਲੰਮੇ ਸਮੇਂ ਤੋਂ ਹੌਲੀ ਹੌਲੀ ਇਕੱਠੇ ਹੁੰਦੇ ਹੋਏ ਅੱਜ ਉਹ ਸਾਹਮਣੇ ਆ। ਅਸੀਂ ਸਮੇਂ ਤੇ ਦੇਖੋ, ਮੈਂ ਜ਼ਿਲ੍ਹਾ ਪ੍ਰਧਾਨ ਹੁਣ ਬਣਿਆ, ਪਰ ਜਿੰਨਾ ਕੁ ਸਮਾਂ ਮੈਨੂੰ ਮਿਲਿਆ ਮੈਂ ਸਮੇਂ ਤੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨਾਲ ਗੱਲ ਕਰਦਾ ਰਹਿੰਦਾ, ਉਹਨਾਂ ਨੂੰ ਦੱਸਦਾ ਹਰ ਪੁਜੀਸ਼ਨ, ਉਹਨਾਂ ਦਾ ਹੱਲ ਤਾਂ ਉਹਨਾਂ ਨੇ ਕਰਨਾ। ਇਹ ਸਾਡੀ ਜਿਹੜੀ ਵੱਡੀ ਲੀਡਰਸ਼ਿਪ ਆ ਉਹਦੇ ਜੋ ਫੈਸਲੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਇੱਥੋਂ ਅੱਗੇ ਨਹੀਂ ਜਾਣਾ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਤੁਹਾਨੂੰ ਪੁੱਛਦਾ ਵੀ ਜਿਹੜੀ ਬੀਜੇਪੀ ਪਾਰਟੀ ਆ ਜਿਹਦੇ ਸੰਬੰਧਾਂ ਦੀ ਤੁਸੀਂ ਗੱਲ ਕਰਦੇ ਹੋ, ਇਹਨੂੰ ਲੈ ਕੇ ਕੌਣ ਆਇਆ? ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਹੀ ਲੈ ਕੇ ਆਇਆ ਨਾ 1996 ਦੇ ਵਿੱਚ, ਜਦੋਂ ਅਸੀਂ ਸਰਦਾਰ ਸਰਜੀਤ ਸਿੰਘ ਬਰਨਾਲਾ ਨੂੰ ਰੋਕਿਆ, ਜਦੋਂ ਅਸੀਂ ਵੀ ਉਹ ਚੀਫ ਮਿਨਿਸਟਰ ਨਾ ਬਣ ਜੇ, ਸਾਡੀ ਪ੍ਰਧਾਨ ਮੰਤਰੀ ਨਾ ਬਣ ਜੇ, ਜਦੋਂ ਸਾਡੀ ਸਾਂਝ ਸੀ ਬਹੁਜਨ ਸਮਾਜ ਪਾਰਟੀ ਨਾਲ, ਤੇ ਰਾਤੋ ਰਾਤ ਕੀ ਉਹ ਸ਼ੜਿਅੰਤਰ ਨਹੀਂ ਰਚਿਆ ਗਿਆ ਵੀ ਅਸੀਂ ਬੀਜੇਪੀ ਨਾਲ ਸਾਂਝ ਕਰ ਲਈ ਤੇ ਉਹਦੇ ਨਾਲ ਸਾਂਝ ਤੋੜ ਕੇ ਅਸੀਂ ਉਹਨੂੰ ਪ੍ਰਧਾਨ ਮੰਤਰੀ ਬਣਨ ਤੋਂ ਵੀ ਰੋਕਿਆ? ਤੇ ਫਿਰ ਜਦੋਂ ਉਦੋਂ ਤੋਂ ਲੈ ਕੇ ਸਾਡਾ ਤੇ 9 ਮਾਰਚ ਦਾ ਰਿਸ਼ਤਾ ਰਿਹਾ, ਤੇ ਅੱਜ
ਆਪਾਂ ਉੱਥੇ ਬਜੀਰੀਆ ਵੀ ਹੰਡਾ ਲਿਆ, ਆਪਾਂ ਲਗਾਤਾਰ 9 ਮਾਸ ਦਾ ਰਿਸ਼ਤਾ ਵੀ ਕਾਇਮ ਰੱਖ ਲਿਆ। ਯਾਰ ਅੱਜ ਇਹ ਗੱਲਾਂ ਕਰਨੀਆਂ ਸ਼ੋਭਾ ਦਿੰਦੀਆਂ, ਤੁਸੀਂ ਆਪ ਸਿਆਣੇ ਹੋ। ਨਹੀਂ ਨਹੀਂ ਸਾਡੇ ਕੋਈ ਨੌਲੇਜ ਨਹੀਂ, ਨਾ ਸਾਨੂੰ ਪਤਾ ਇਸ ਗੱਲ ਦਾ, ਨਾ ਉਹਨਾਂ ਦਿੱਤਾ। ਇਹ ਉਹ ਦੱਸ ਸਕਦੇ ਆ ਬਿਹਤਰ ਮੇਰੇ ਤੋਂ। ਥੈਂਕ ਯੂ। ਹਾਂਜੀ ਕਰੋ ਜੀ। ਅੱਜ ਉਹੀ ਹੈ ਜਿਵੇਂ ਕਰਤਾਰਪੁਰ ਸਾਹਿਬ ਨੇ ਦੱਸਿਆ ਕਿ ਐਨ ਕੇ ਸ਼ਰਮਾ ਜੀ ਜੋ ਸਾਡੇ ਇੱਥੇ ਲੋਕ ਸਭਾ ਦੇ ਅਕਾਲੀ ਦਲ ਦੇ ਉਮੀਦਵਾਰ ਸੀ, ਰਿਜ਼ਲਟ ਤੋਂ ਬਾਅਦ ਬੁਰੀ ਤਾਂ ਹਰੇ, ਜ਼ਮਾਨਤ ਵੀ ਜ਼ਬਤ ਹੋਈ, ਪਰ ਉਹਨਾਂ ਨੇ ਇਹ ਦੇਖਣ ਦੀ ਬਜਾਏ ਕਿ ਇਹ ਹਾਰ ਦੇ ਕਾਰਨ ਕੀ ਸੀਗੇ ਸਾਡੀ ਲੀਡਰਸ਼ਿਪ ਦੇ ਉੱਤੇ ਇਲਜ਼ਾਮ ਲਗਾਏ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਉੱਤੇ, ਸਾਧ ਸੁਰਜੀਤ ਸਿੰਘ ਰੱਖੜਾ ਦੇ ਉੱਤੇ ਲਾਏ ਕਿ ਵੀ ਇਹਨਾਂ ਨੇ ਮਦਦ ਨਹੀਂ ਕੀਤੀ, ਇਹ ਬੀਜੇਪੀ ਨਾਲ ਰਲੇ ਹੋਏ ਆ। ਅਤੇ ਮੈਂ ਕਹਿਣਾ ਚਾਹੁੰਦਾ ਕਿ ਸ਼ਰਮਾ ਜੀ ਨਾਲ ਮੈਂ ਸਾਰੇ ਹਲਕਿਆਂ ਦੇ ਵਿੱਚ ਗਿਆ, ਘਨੌਰ 'ਚ ਵੀ ਗਿਆ, ਸਨੌਰ 'ਚ ਵੀ ਗਿਆ, ਰਾਜਪੁਰੇ 'ਚ ਵੀ ਗਿਆ, ਅਤੇ ਉਹਨਾਂ ਨੂੰ ਇਹ ਵੀ ਕਿਹਾ ਸੀ ਵੀ ਜਿੱਥੇ ਕਿਤੇ ਵੀ ਹੋਰ ਲੋੜ ਹੈ ਕਿਸੇ ਵੀ ਹਲਕੇ ਜਾਣ ਦੀ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਅਤੇ ਸਨੌਰ ਹਲਕੇ 'ਚ ਵੀ ਕਰਤਾਰਪੁਰ ਸਾਹਿਬ ਅਤੇ ਸਾਰੇ ਜਿੰਨੇ ਸਰਕਲ ਜਥੇਦਾਰ ਇੱਥੇ ਬੈਠੇ ਆ ਸਾਰੇ ਉਹਨਾਂ ਦੇ ਨਾਲ ਰਹੇ ਹੈ, ਪੂਰੀ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ। ਅਤੇ ਉਦੋਂ ਮੌਸਮ ਵੀ 47-48 ਡਿਗਰੀ ਟੈਂਪਰੇਚਰ ਸੀ, ਇੰਨੀ ਜ਼ਿਆਦਾ ਗਰਮੀ ਸੀ, ਉਹਦੇ ਬਾਵਜੂਦ ਵੀ ਆਪਣੇ ਜਥੇਦਾਰ ਵੀ ਅਤੇ ਆਪਣੇ ਵਰਕਰ ਪੂਰਾ ਡੱਟ ਕੇ ਉਹਨਾਂ ਨਾਲ ਤੁਰੇ, ਕਨਵੈਕਸਿੰਗ ਕੀਤੀ, ਇਕੱਠ ਕੀਤੇ। ਅਤੇ ਪਰ ਜਿਹੜੀ ਵੋਟ ਹੈ, ਵੋਟ ਤਾਂ ਪਾਰਟੀ ਦੇ ਨਾਂ ਨੂੰ ਪੈਣੀ ਸੀ, ਪਾਰਟੀ ਦੀ ਜਿਹੜੀ ਇਮੇਜ ਹੈ ਉਹ ਸਾਰੇ ਪੰਜਾਬ 'ਚ ਉਹਦਾ ਨਾਂ ਕੀ ਹੈ ਖਰਾਬ ਹੋਈ ਹੈ। ਉਹਦਾ ਤੁਹਾਨੂੰ ਪਤਾ ਹੈ ਵੀ ਕਿਉਂ ਅਕਾਲੀ ਦਲ ਦਾ ਕੇਡਰ ਹੈ ਜਿਹੜਾ ਉਹ ਅਕਾਲੀ ਦਲ ਤੋਂ ਦੂਰ ਗਿਆ, ਲੀਡਰਸ਼ਿਪ ਤੋਂ ਦੂਰ ਗਿਆ। ਅਤੇ ਅੱਜ 13 ਪਾਰਲੀਮੈਂਟਰੀ ਜਿਹੜੀ ਸੀਟਾਂ ਹੈ ਉਹਦੇ 'ਚੋਂ 10 ਤੇ ਸਾਡੀ ਜ਼ਮਾਨ ਜ਼ਬਤ ਹੋਈ ਹੈ, ਸਾਡੀਆਂ ਅਸੈਂਬਲੀ ਦੇ ਵਿੱਚ ਸਿਰਫ 3 ਸੀਟਾਂ ਰਹਿ ਗਈਆਂ। ਵੋਟ ਬੈਂਕ ਦਾ ਜਿਹੜਾ ਸ਼ੇਅਰ ਹੈ ਪਿਛਲੀਆਂ ਇਲੈਕਸ਼ਨਾਂ 'ਚ 18% ਅਕਾਲੀ ਦਲ ਨੂੰ ਵੋਟਾਂ ਪਈਆਂ ਸੀ ਅਤੇ ਹੁਣ ਉਹ ਘੱਟ ਕੇ 13% ਰਹਿ ਗਿਆ। ਅਤੇ ਤੁਸੀਂ ਆਪ ਦੇਖੋ ਵੀ ਅਕਾਲੀ ਦਲ ਤੋਂ ਅਕਾਲੀ ਦਲ ਦਾ ਕੇਡਰ ਜਾਂ ਪੰਜਾਬ ਦਾ ਵੋਟਰ ਹੈ ਜਿਹੜਾ ਉਹ ਦੂਰ ਜਾ ਰਿਹਾ। ਲੋਕ ਅਕਾਲੀ ਦਲ ਨੂੰ ਚਾਹੁੰਦੇ ਹੈ ਪਰ ਲੋਕ ਅਕਾਲੀ ਦਲ ਨਾਲ ਨਾਰਾਜ਼ ਹੈ। ਝੁੰਦਾ ਕਮੇਟੀ ਬਣਾਈ ਸੀ, ਉਹਨੇ ਰਿਪੋਰਟ ਦਿੱਤੀ, ਉਹ ਰਿਪੋਰਟ ਲਾਗੂ ਨਹੀਂ ਕੀਤੀ। ਅਤੇ ਹੁਣ ਰਿਪੋਰਟ ਆਈ ਹੈ ਹਰਿੰਦਰਪਾਲ ਚੰਦੂ ਮਾਜਰਾ ਜੀ ਅਤੇ ਵਡਾਲਾ ਸਾਹਿਬ ਨੇ, ਉਹਨਾਂ ਨੇ ਇਹ ਜਿਹੜੀ ਝੁੰਦਾ ਕਮੇਟੀ ਰਿਪੋਰਟ ਹੈ ਉਹ ਨਸ਼ਰ ਕੀਤੀ ਹੈ। ਅਤੇ ਸਭ ਤੋਂ ਵੱਡਾ ਪੁਆਇੰਟ ਹੈ ਕਿ ਉਹ ਇਕੱਲੇ ਇਕੱਲੇ ਹਲਕੇ 'ਚ ਉਹ ਗਏ, ਉਹਨਾਂ ਨੇ ਵਰਕਰਾਂ ਨੂੰ ਮਿਲਿਆ, ਉਹਨਾਂ ਦੀਆਂ ਭਾਵਨਾਵਾਂ ਨੋਟ ਕੀਤੀਆਂ। ਅਤੇ ਹਰੇਕ ਹਲਕੇ 'ਚ ਇਹੀ ਭਾਵਨਾ ਸੀ ਕਿ ਲੀਡਰਸ਼ਿਪ ਚੇਂਜ ਕਰੋ। ਸਰ ਸੁਖਬੀਰ ਸਿੰਘ ਜੀ ਬਾਦਲ ਦੀ ਜਿਹੜੀ ਅਗਵਾਈ ਹੈ ਉਹ ਨਹੀਂ ਪ੍ਰਵਾਨ ਹੈ ਜਨਤਾ ਨੂੰ, ਉਹਨਾਂ ਦੇ ਨਾਂ 'ਤੇ ਵੋਟ ਨਹੀਂ ਪੈ ਰਹੀ ਇੱਥੇ। ਅਤੇ ਨਾਲ ਜਿਹੜੇ ਪਾਰਟੀ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਹੈ, ਕੋਈ ਪ੍ਰਧਾਨ ਜੀ ਹੈ ਜਦੋਂ ਮਰਜ਼ੀ ਕੋਈ ਮਰਜ਼ੀ ਫੈਸਲਾ ਲੈ ਲਓ, ਕੋਈ ਪਾਰਲੀਮੈਂਟਰੀ ਬੋਰਡ ਨਹੀਂ ਹੈ। ਬਠਿੰਡਾ 'ਚ ਜਿੱਤ ਲਈ, ਬਠਿੰਡੇ 'ਚ ਆਪ ਹੀ ਤੁਸੀਂ ਮੀਡੀਆ ਵਾਲੇ ਹੋ, ਤੁਸੀਂ ਸਾਰਾ ਦੇਖਿਆ ਕਿ ਉਹ ਜੋ ਵੀ ਸੈਟਿੰਗ ਹੋਈ ਆ ਸਾਰਿਆਂ ਨੂੰ ਜਗ ਜ਼ਾਹਰ ਹੈ ਕਿ ਆਪਣੀ ਇੱਕ ਸੀਟ ਬਚਾਉਣ ਵਾਸਤੇ ਪੰਜਾਬ ਦੇ ਸਾਰੀਆਂ ਸੀਟਾਂ ਦੀ ਕੁਰਬਾਨੀ ਦਿੱਤੀ ਉਹਨਾਂ ਨੇ। ਮੈਂ ਤਾਂ ਇਹੀ ਕਹੂੰਗਾ ਕਿ ਜੇ ਪ੍ਰਧਾਨਗੀ ਜਿਹੜੀ ਹੈਗੀ ਹੈ ਜੋ
ਉਹ ਆਪਣੀ ਬਿਲਕੁਲ ਨਹੀਂ ਸਹੀ ਕਰ ਰਹੇ ਹੈਗੇ। ਪਰ ਸੁਰਜੀਤ ਸਿੰਘ ਰੱਖੜਾ ਜੀ ਕਹਿ ਰਹੇ ਨੇ ਕਿ ਅਸੀਂ ਬਾਗੀ ਨਹੀਂ ਹੈਗੇ, ਅਸੀਂ ਬਾਗੀ ਸ਼ਬਦ ਦਾ ਕਿਹਾ ਹੀ ਨਹੀਂ ਗਾ, ਅਸੀਂ ਸਾਰੇ ਟਕਸਾਲੀ ਅਕਾਲੀਆਂ। ਦੇਖੋ ਸਾਰੇ ਬੈਠੇ ਆ, ਸਾਡੇ ਦਾਦੇ ਪੜਦਾਦੇ ਫਾਦਰ ਅਸੀਂ ਸਾਡੇ ਬੱਚੇ ਸਾਰੇ ਅਕਾਲੀ ਦਲ ਨਾਲ, ਸਾਡੇ ਸਾਰੇ ਸਾਥੀ ਅਕਾਲੀ ਦਲ ਦੇ ਨਾਲ। ਜਲੰਧਰ ਦੀ ਜਿਹੜੀ ਚੋਣ ਜਿਹੜੀ ਉਹ ਵਿੱਚ ਛੱਡਿਆ ਹੈ ਤਕੜੀ ਸਿੰਬਲ ਤੇ ਉਹ ਛੱਡਿਆ, ਉਹ ਅਸੀਂ ਕੱਲ ਵੀ ਉੱਥੇ ਮੀਟਿੰਗਾਂ ਕਰਕੇ ਆਏ ਅਸੀਂ ਰੱਖੜਾ ਸਾਹਿਬ ਚੰਦੂ ਮਾਇਆ ਸਾਹਿਬ ਤੁਸੀਂ ਸਾਰੇ ਜਾਣੇ ਉੱਥੇ ਅਕਾਲੀ ਦਲ ਦੇ ਹੱਕ 'ਚ ਤਕੜੀ ਦੇ ਹੱਕ 'ਚ ਮੀਟਿੰਗਾਂ ਕਰਕੇ ਹਟੇ। ਹਾਂ ਪਰ ਉਹ ਤਕੜੀ ਨੂੰ ਛੱਡ ਗਏ, ਅਸੀਂ ਤਕੜੀ ਨੂੰ ਛੱਡਿਆ ਨਹੀਂ ਹੈਗਾ ਉੱਥੇ ਜਲੰਧਰ ਦੇ। ਨਹੀਂ ਨਹੀਂ ਤੁਸੀਂ ਦੱਸੋ ਸੁਰਜੀਤ ਕੌਰ ਜਿਹੜੀ ਉਮੀਦਵਾਰ ਹੈ ਤਕੜੀ ਚੋਣ ਨਿਸ਼ਾਨ ਦੇ ਉੱਤੇ ਜਲੰਧਰ 'ਚ ਲੜ ਰਹੀ ਹੈ, ਉਹ ਸਾਡੀ ਉਮੀਦਵਾਰ ਹੈ। ਇਹਨਾਂ ਨੇ ਡਿਸਪੋਨ ਕਰਤੀ, ਇਹਨਾਂ ਨੇ ਉੱਥੇ ਬੀ ਐਸ ਪੀ ਦੀ ਮਦਦ ਦਾ ਐਲਾਨ ਕਰਤਾ ਤੇ ਬੀ ਐਸ ਪੀ ਪਾਰਟੀ ਨੇ ਕਿਹਾ ਕਿ ਅਸੀਂ ਤਾਂ ਅਕਾਲੀ ਦਲ ਤੋਂ ਮਦਦ ਮੰਗੀ ਹੀ ਨਹੀਂ ਹੈ। ਨਹੀਂ ਬੀਜੇਪੀ ਦਾ ਰੋਲ ਇਹੀ ਹੈ ਵੀ ਜਿਹੜਾ ਇਹਨਾਂ ਨੇ ਕਿਹਾ ਕਿ ਵੀ ਬੀਜੇਪੀ ਨਾਲ, ਸ਼ਰਮਾ ਜੀ ਨੇ ਕਿਹਾ ਵੀ ਬੀਜੇਪੀ ਨਾਲ ਰਲੇ ਹੋਏ ਆ ਤੇ ਅਸੀਂ ਆਪ ਕਹਿੰਦੇ ਹਾਂ। ਨਹੀਂ ਤੁਸੀਂ ਦੱਸੋ, ਹੁਣ ਤੱਕ ਅਸੀਂ ਬੀਜੇਪੀ ਨਾਲ ਰਲ ਕੇ ਨਹੀਂ ਚੱਲਦੇ ਰਹੇ, ਬੀਜੇਪੀ ਨਾਲ ਰਲ ਕੇ ਸਾਰੀਆਂ ਪਾਰਲੀਮੈਂਟ ਇਲੈਕਸ਼ਨਾਂ ਜਿੱਤਦੇ ਰਹੇ ਹਾਂ, ਅਸੈਂਬਲੀ ਇਲੈਕਸ਼ਨਾਂ ਜਿੱਤਦੇ ਰਹੇ ਹਾਂ। ਅਸੀਂ ਆਪਣੀ ਇੱਥੇ ਦੋ ਵਾਰੀ ਕੰਟੀਨਿਊਸ ਗਵਰਨਮੈਂਟ ਬਣਾਈ ਹੈ, ਬੀਜੇਪੀ ਦੇ ਮਿਨਿਸਟਰ ਸਾਡੇ ਗਵਰਨਮੈਂਟ ਦੇ ਵਿੱਚ ਸੀਗੇ, ਬੀਬੀ ਹਰਸਿਮਰਤ ਕੌਰ ਬਾਦਲ ਉੱਥੇ 10-15 ਸਾਲ ਮਿਨਿਸਟਰ ਰਹੀ ਹੈ ਉੱਥੇ, ਤੇ ਸਾਰਾ ਜੋ ਉਹਦਾ ਨਾਂ ਕੀ ਹੈ ਪੋਲੀਟਿਕਸ ਦਾ ਫਾਇਦਾ ਤਾਂ ਬਾਦਲ ਪਰਿਵਾਰ ਨੂੰ ਹੋਇਆ, ਉਹਨਾਂ ਨੇ ਮਿਨਿਸਟਰੀਆਂ ਮਾਣੀਆਂ, ਉਹਨਾਂ ਨੇ ਉਹਦਾ ਨਾਂ ਕੀ ਹੈ ਸੀ ਐਮ ਸ਼ਿਪ ਹੋਈ ਹੈ, ਡਿਪਟੀ ਸੀ ਐਮ ਸ਼ਿਪ, ਸਾਰੇ ਅਹੁਦੇ, ਸਾਰਾ ਜੋ ਪਕਸ ਹੁੰਦੇ ਆ ਸਾਰੀ ਜ਼ਿੰਦਗੀ ਉਹ ਉਹਨਾਂ ਨੇ ਮਾਣੀਆਂ ਹੈਗੀਆਂ। ਬਠਿੰਡਾ ਸੀਟ ਦੀ ਸੈਟਿੰਗ ਕਿਹਦੇ ਨਾਲ ਹੋਈ ਹੈ ਜੀ? ਦੇਖੋ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਸਾਰੀ ਚੀਜ਼ਾਂ ਜਗ ਜਾਹਰ ਹੈਗੀਆਂ, ਤੇ ਮੇਰੇ ਤੋਂ ਕਿਉਂ ਕਹਾਉਣੇ? ਨਹੀਂ ਮੇਰੇ ਤੋਂ ਕੋਈ ਕੀ ਕਹਾਉਣੇ, ਤੁਹਾਨੂੰ ਸਾਰਿਆਂ ਨੂੰ ਪਤਾ। ਤੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਹੈ ਉਦੋਂ ਵੀ ਸਾਰੇ ਨੇ ਕਿਹਾ ਕਿ ਇਹ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰੋ, ਪਾਰਟੀ ਦੇ ਵਿੱਚ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਪਾਰਟੀ ਦੇ ਵਿੱਚ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਹੈ, ਪਾਰਟੀ 'ਚ ਪਾਰਲੀਮੈਂਟਰੀ ਬੋਰਡ ਜਿਹੜਾ ਕਾਇਮ ਹੋਣਾ ਚਾਹੀਦਾ, ਜਿਹੜਾ ਜਿਹੜੇ ਅਹਿਮ ਫੈਸਲੇ ਆ ਪਾਰਟੀ ਦੇ ਉਹ ਲਵੇ, ਟਿਕਟਾਂ ਦਾ ਡਿਸੀਜਨ ਹੈ ਪਾਰਲੀਮੈਂਟਰੀ ਬੋਰਡ ਨੇ ਲੈਣਾ, ਜਾਂ ਜਿਹੜੇ ਅਹੁਦੇਦਾਰੀਆਂ ਦੇਣੀਆਂ ਹੈਗੀਆਂ ਉਹ ਜਿਹੜਾ ਇੱਕ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਰਾਏ ਦੇ ਨਾਲ ਦੇਣੀਆਂ ਚਾਹੀਦੀਆਂ, ਅਤੇ ਕੋਈ ਵੀ ਜਿਹੜੀ ਪਾਰਟੀ ਦੀ ਡੈਮੋਕ੍ਰੇਸੀ ਬਹਾਲ ਕਰਨੀ ਚਾਹੀਦੀ ਹੈ। ਅਤੇ ਇਹਨੇ ਇਹ ਮਿੰਟ 'ਚ ਬੈਠੇ ਬੈਠੇ ਕੋਈ ਫੈਸਲਾ ਲੈ ਲੈਂਦੇ ਆ, ਕਿਸੇ ਨੂੰ ਪਾਰਟੀ 'ਚੋਂ ਕੱਢਤਾ। ਹੁਣ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਨ੍ਹਾਂ ਨੂੰ ਬਾਦਲ ਸਾਹਿਬ ਨੇ ਸਪੈਸ਼ਲ ਤੌਰ 'ਤੇ ਪਾਰਟੀ ਜੁਆਇਨ ਕਰਾਈ, ਉਹਨਾਂ ਨੂੰ ਇਲੈਕਸ਼ਨ ਲੜਾਈ, ਮਿਨਿਸਟਰ ਬਣਾਇਆ, ਅਹਿਮ ਜ਼ਿੰਮੇਵਾਰੀਆਂ ਕੈਬਨਿਟ ਦੇ ਵੀ ਦਿੱਤੀਆਂ, ਉਹਨਾਂ ਨੂੰ ਪਾਰਟੀ 'ਚੋਂ ਕੱਢਤਾ। ਨਹੀਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਅਕਾਲ ਤਖ਼ਤ ਤੋਂ ਦੂਰ ਜਾ ਰਹੇ ਹਾਂ, ਜਨਤਾ ਸਾਡੇ ਤੋਂ ਦੂਰ ਜਾ ਰਹੀ ਹੈ। ਪਾਰਟੀ ਪਲੇਟਫਾਰਮ 'ਤੇ ਦੋਨੋਂ ਲੀਡਰਾਂ ਨੇ ਕੋਰ ਕਮੇਟੀ 'ਚ ਆਵਾਜ਼ ਉਠਾਈ ਕਿ ਵੀ ਆਪਾਂ ਨੂੰ ਜਨਤਾ ਦੀ ਜਿਹੜੀ ਆਵਾਜ਼ ਆ ਉਹ ਸੁਣਨੀ ਚਾਹੀਦੀ ਹੈ, ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਜਿਹੜੀਆਂ ਸਾਡੇ ਸਰਕਾਰ ਵੇਲੇ ਸਾਡੇ ਤੋਂ ਗਲਤੀਆਂ ਹੋਈਆਂ, ਪਾਰਟੀ ਵੱਲੋਂ ਗਲਤੀਆਂ ਹੋਈਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤੀਆਂ ਹੋਈਆਂ ਜਾਂ ਸਰਕਾਰ ਵੱਲੋਂ ਗਲਤੀਆਂ ਹੋਈਆਂ, ਉਹ ਗਲਤੀਆਂ ਦੀ ਸਾਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਜਾ ਕੇ। ਅਸੀਂ ਕਹਿੰਦੇ ਰਹੇ ਉਦੋਂ, ਢਿੰਸਾ ਸਾਹਿਬ ਨੇ ਵੀ ਕਿਹਾ, ਜੋ ਢਿੰਸਾ ਸਾਹਿਬ ਨੇ 2-2.5 ਸਾਲ ਪਹਿਲਾਂ ਅਕਾਲੀ ਦਲ ਅਲੱਗ ਬਣਾਇਆ ਉਦੋਂ ਉਹਨਾਂ ਨੇ ਵੀ ਮਤਲਬ ਜੋ ਕਹਿ ਕਹਿ ਕੇ ਜਿਹੜੀ ਪਿਛਲੀ ਅਸੈਂਬਲੀ ਇਲੈਕਸ਼ਨਾਂ ਹੋਈਆਂ ਉਹਦੇ ਰਿਵਿਊ ਵਾਸਤੇ ਮੀਟਿੰਗ ਹੋਈ, ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਇੰਨੀ ਜ਼ਿਆਦਾ ਸ਼ਰਮਜਨਕ ਹਾਰ ਹੋਈ ਹੈ ਸਾਡੀ, ਸਿਰਫ 3 ਸੀਟਾਂ ਰਹਿ ਗਈਆਂ, ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਸੁਖਬੀਰਵਾਲ ਨੂੰ ਅਤੇ ਪਰੇ ਹਟਣਾ ਚਾਹੀਦਾ, ਅਤੇ ਉਹਦੇ ਕਰਕੇ ਇਹ ਸਾਰੇ ਜਾਣੇ ਪਾਸੇ ਹੋਏ ਸਾਰੇ ਜਾਣੇ।
ਪਾਰਟੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਹੈ ਇਹ ਸ਼ਹੀਦਾਂ ਦੀ ਜਥੇਬੰਦੀ ਹੈ, ਗੁਰੂ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ। ਕੋਈ ਕੋਈ ਨਹੀਂ ਆਪਾਂ ਕਹਿ ਸਕਦੇ ਵੀ ਇੱਕ ਵਿਸ਼ੇਸ਼ ਵਿਅਕਤੀ ਇਹਨੂੰ ਪਾਰਟੀ ਨੂੰ ਚਲਾ ਸਕਦਾ, ਇਸ ਕਰਕੇ ਪਾਰਟੀ ਨਾ ਕੋਈ ਪਾਰਟੀ ਮਰਦੀ ਹੁੰਦੀ ਹੈ, ਪਾਰਟੀਆਂ ਚੱਲਦੀਆਂ ਤੇ ਆਪਣਾ ਪਾ ਜਾਏਗਾ ਕੋਈ ਨਾ ਕੋਈ। ਤੇ ਅਸੀਂ ਤਾਂ ਸਾਰੇ ਜਾਣੇ ਕਰਤਾਰਪੁਰ ਸਾਹਿਬ ਵੀ ਰੱਖਣਾ ਸਾਹਿਬ ਅਸੀਂ ਸਾਰੇ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਉੱਥੇ ਲਿਖਤੀ ਜਿਹੜਾ ਦੇ ਕੇ ਆਏ ਹਾਂ ਉਹਨਾਂ ਨੂੰ ਕਿ ਵੀ ਜਿਹੜੇ ਸਾਡੀ ਸਰਕਾਰ ਵੇਲੇ ਜਾਂ ਉਸ ਤੋਂ ਬਾਅਦ ਪਹਿਲਾਂ ਸਾਡੇ ਜਿਹੜੀਆਂ ਗਲਤੀਆਂ ਹੋਈਆਂ, ਗਲਤੀਆਂ ਸਾਡੇ ਤੋਂ ਨਹੀਂ ਹੋਈਆਂ, ਗਲਤੀਆਂ ਸਰਕਾਰ ਨੇ ਕੀਤੀਆਂ, ਸਾਡੀ ਪਾਰਟੀ ਦੀ ਵੱਡੀ ਲੀਡਰਸ਼ਿਪ ਨੇ ਕੀਤੀਆਂ, ਪਰ ਉਹ ਉਦੋਂ ਅਸੀਂ ਪਾਰਟੀ ਸੀਗੇ, ਉਹਨਾਂ ਦੇ ਨਾਲ ਸੀਗੇ ਉਦੋਂ ਜਦੋਂ ਇਹਨਾਂ ਨੇ ਫੈਸਲੇ ਲਏ ਆ, ਅਤੇ ਅਸੀਂ ਵੀ ਆਪਣੇ ਆਪ ਨੂੰ ਉਨਾ ਹੀ ਦੋਸ਼ੀ ਸਮਝਦੇ ਹਾਂ। ਅਤੇ ਅਸੀਂ ਉੱਥੇ ਅਕਾਲ ਤਖ਼ਤ ਜਾ ਕੇ ਜਥੇਵਾਰ ਸਾਹਿਬ ਕੋਲ ਬੇਨਤੀ ਕਰਕੇ ਆਏ ਹਾਂ ਕਿ ਵੀ ਜੋ ਵੀ ਪੰਥਕ ਰਵਾਇਤਾਂ ਦੇ ਮੁਤਾਬਕ ਜੋ ਸਾਨੂੰ ਤਨਖਾਹ ਲਾਉਣੀ ਹੈ, ਸਜ਼ਾ ਲਾਉਣੀ ਹੈ, ਅਸੀਂ ਉਹਦੇ ਲਈ ਤਿਆਰ ਹਾਂ, ਤਾਂ ਕਿ ਜਿਹੜੀ ਸਾਡੀ ਆਤਮਾ 'ਤੇ ਬੋਝ ਹੈ ਸਾਡੇ ਸਾਰਿਆਂ 'ਤੇ ਕਿ ਵੀ ਜੋ ਸਿੱਖ ਕੌਮ ਗਿਰਾਵਟ ਵੱਲ ਜਾ ਰਹੀ ਹੈ, ਅਕਾਲੀ ਦਲ ਗਿਰਾਵਟ ਵੱਲ ਜਾ ਰਹੀ ਹੈ, ਵੀ ਗੁਰੂ ਮਹਾਰਾਜ ਦੀ ਬਖਸ਼ਿਸ਼ਾਂ ਲੈਣ ਵਾਸਤੇ ਗਏ ਸੀ ਵੀ ਸਾਡੇ ਮਨ ਦਾ ਵਜਨ ਹਲਕਾ ਹੋਵੇ ਅਤੇ ਅਕਾਲੀ ਦਲ ਦੇ ਉੱਤੇ ਗੁਰੂ ਮਹਾਰਾਜ ਕਿਰਪਾ ਕਰਨ ਕਿ ਵੀ ਸਾਡੇ ਲੀਡਰਸ਼ਿਪ ਨੂੰ ਸਮਰਥਨ ਬਖਸ਼ਿਆ।